ਮਿੰਟ ਹੀ ਬਹੁਤ ਹੁੰਦਾ ਹੋਰ ਹੈ ਬੜਾ ਖੂਬਸੂਰਤ ਵਿਊ ਨੀਚੇ ਦਰਿਆ ਜਾ ਰਹੀ ਪਹਾੜੀਆਂ ਪਲਾਕਾਂ ਨਾਲ ਨਹੀਂ ਹੋਰ ਦੱਸੀ ਹੋਣੇ ਸਹੀ ਕਰੀਏ ਨਾ ਬੰਦੇ ਪਾਤੀ ਆਹ ਪਲਾਕਾਂ ਨਾਲ ਪਤਾ ਹੈ ਪਲਾਕਾਂ ਨਹੀਂ ਹੈ ਜੀ 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 ਆਹ ਪਹਾੜੀ ਕਮੈਂਟਰੀ ਲੈ ਭਾਈ ਰਜਾਈ ਰਹੇ ਇੱਥੋਂ ਪਹਾੜੀ ਕਮੈਂਟਰੀ ਨਾ ਕਰ ਰਹੇ ਸੀ ਤਾਂ ਅੱਜ ਇਹ ਦੇਣਾ ਨਹੀਂ ਛੱਡਦੇ ਭਲਵਾਨ ਔਰ ਨਹੀਂ ਸੇ ਮਾਰ ਰਹੇ ਭਲਵਾਨ ਔਰ ਨਹੀਂ ਮਾਰ ਰਹੇ ਸੇ ਉਹ ਠੰਡੇ ਹੋਏ ਸੀ ਪਹਾੜੀ ਕਮੈਂਟਰੀ ਨਾ ਹੋਣੀ ਰਹੇ ਬਿਲਕੁਲ ਠੰਡੇ ਹੋਏ ਸੇ ਲੇਕਿਨ ਫਿਰ ਵੀ ਚਲੋ ਬੈਸਟ ਵੀ ਬਸ ਇਹ ਬਸ ਇਹ ਗੱਲ ਬਿਲਕੁਲ ਸੇ ਖਾਣਾ ਖਾਈ ਨਾ ਬੜੀ ਮਿਹਰਬਾਨੀ ਹੈ ਉਹ ਟੀਮ ਜਾਣੀ ਵੀ ਨਾਲ ਹੀ ਆ ਦੇਖ ਸਕਦੇ ਹਾਂ ਜੀ ਕਾਫੀ ਲੋਕੋ ਘਰ ਮੌਜੂਦ ਸ਼ਾਮ ਦਾ ਟਾਈਮ ਹੈ ਬੜਾ ਖੂਬਸੂਰਤ ਤਰੀਨ ਵਿਊ ਹੈ ਨੀਚੇ ਸੇ ਦਰਿਆ ਜਾ ਰਹਾ ਹੈ ਬਿਲਕੁਲ ਕੋਟਲੀ ਕਾ ਇਹ ਪੁਲ ਹੈ ਕੋਟਲੀ ਹਿੱਲਾਂ ਤੋ ਬਿਲਕੁਲ ਯਹਾਂ ਸੇ ਹਮ ਗੁਜ਼ਰ ਰਹੇ ਥੇ ਮੈਨੇ ਸੋਚਾ ਆਪ ਦੋਸਤੋਂ ਕੇ ਲੀਏ ਕੁਛ ਛੋਟੀ ਸੀ ਵੀਡੀਓ ਤਿਆਰ ਕੀ ਜਾਏ ਮਾਸ਼ਾਅੱਲਾ ਬੜਾ ਖੂਬਸੂਰਤ ਇਹ ਪੁਲ ਤਿਆਰ ਕੀਆ ਅਭੀ ਰੀਸੈਂਟਲੀ ਨਿਊ ਤਿਆਰ ਹੁਆ ਹੈ ਜੇ ਨੀਚੇ ਸੇ ਬੜਾ ਖੂਬਸੂਰਤ ਦਰਿਆ ਜਾ ਰਹਾ ਅਭੀ ਆਪਕੋ ਨਜ਼ਰ ਆ ਰਹਾ ਹੈ ਦਿਖਾ ਰਹਾ ਹੂੰ ਮੈਂ ਮਾਸ਼ਾਅੱਲਾ ਬੜਾ ਖੂਬਸੂਰਤ ਤਰੀਨ ਵਿਊ ਹੈ ਇਸਕਾ ਤੋ ਕਾਫੀ ਹਿੱਲ ਰਹਾ ਹੈ ਯੇ ਪਹਿਲੇ ਤੋਂ ਕਾਫੀ ਮਸਲਾ ਸਾ ਦਰਿਆ ਕੀ ਵਜ੍ਹਾ ਸੇ ਆਵਾਮ ਕੇ ਲੀ ਲੇਕਿਨ ਬੜੀ ਅੱਛੀ ਕਾਬਜ ਕਹਿ ਸਕਤੇ ਹੈ ਕਾਫੀ ਗਾੜੀਆਂ ਸ਼ਾੜੀਆਂ ਜਾਤੀ ਹੈ ਇਸਸੇ ਗੁਜ਼ਰਤੀ ਹੈ ਬੜਾ ਖੂਬਸੂਰਤ ਸਾ ਇਸਕਾ ਵਿਊ ਹੈ ਇੱਕ ਮਰਤਬਾ ਫਿਰ ਆਪਕੋ ਚੈੱਕ ਕਰਾ ਦੇਤੇ ਹੈ ਬੜਾ ਖੂਬਸੂਰਤ ਸਾ ਵਿਊ ਇਸਕਾ ਹੋਟਲੀ ਕਾ ਇਸਕੇ ਇਰਦ ਗਿਰਦ ਕਾ ਮਨਾਜ਼ਰ ਵੀ ਆਪਕੋ ਦਿਖਾ ਰਹੇ ਹੈ ਕਾਫੀ ਤਾਰ ਨਿਸ਼ਾਨੇ ਲਗਾਈ ਗਈ ਹੈ ਇਸਕੇ ਸਾਥ ਵੀ